ਜੋ ਉਹਨੇ ਵੀ ਕੀਤਾ ਬਹੁਤ ਮਾੜਾ ਕੀਤਾ, ਆਪਦਾ ਦਹਾਨਾਵਾਂ ਦੀ ਕਿਰਤ ਕਰਨ ਡਿਆ ਅਤੇ ਆਪਦਾ ਚਲੋ ਸਾਰੇ ਲੱਗੇ ਹਾਂ ਆਪਾਂ, ਕਿਸੇ ਨੂੰ ਕੋਈ ਮਾੜਾ ਨਹੀਂ ਚੰਗਾ ਨਹੀਂ, ਜਿਹੜੀ ਟਾਈਮ ਪਾਸ ਕਰਨ ਡਿਆ। ਪਰ ਵਾਕਿਆ ਜਿੰਨੇ ਗਲਤ ਕੀਤਾ ਨਾ, ਬਹੁਤ ਜ਼ਿਆਦਾ ਗਲਤ ਕੀਤਾ, ਧੱਕਾ ਕੀਤਾ ਮੈਨੂੰ। ਇੱਥੇ ਆਪਣੀ ਦੁਕਾਨ ਇਹਨੇ ਬਣਾ ਕੇ ਇੱਥੇ ਆਪਣੀ ਕਿਰਤ ਕਰਦਾ ਸੀਗਾ, ਅਤੇ ਕਿਸੇ ਪਾਪੀ ਅੰਸਰ ਨੇ, ਸ਼ਰਾਰਤੀ ਅੰਸਰ ਨੇ, ਵੇਖੋ ਇਹਦੀ ਰਾਤ 17 ਸਤੰਬਰ ਦੀ ਰਾਤ ਨੂੰ ਅੱਗ ਲਾ ਕੇ ਇਹਦੀ ਸਾਰੀ ਝੌਂਪੜੀ ਨੂੰ ਸੜ ਕੇ ਸਵਾਹ ਕਰ ਦਿੱਤਾ। ਤਿੰਨ ਆਪਦੇ ਬੱਚੇ ਪਾਲਦਾ, ਇੱਕ ਇਹਦੀ ਭੈਣ ਹੈ, ਦੋਵੇਂ ਜੀ ਅਸੀਂ 6 ਜੀ ਇਹਦੇ ਸਿਰੋਂ ਪਾਲਦੇ ਹਾਂ, ਦੁਕਾਨ ਦੇ ਸਿਰੋਂ ਖਾਂਦੇ ਹਾਂ ਜੀ, ਹੋਰ ਕੁਛ ਨਹੀਂ ਕਰਦੇ। ਇਹ ਕਿੰਨਾ ਕੁ ਵੀ ਜੀ ਰੋਜ਼ ਦਾ, ਕਿੰਨਾ ਕੁ ਮਿਹਨਤ ਕਿੰਨੀ ਕੁ ਹੋ ਜਾਂਦੀ ਸੀ ਰੋਜ਼ ਦੀ? ਬਹੁਤ ਜਾਣੀ 300-400 ਦੇ ਆਸ ਪਾਸ ਆਉਂਦੇ ਨੇ ਘੁੰਮਦੇ ਜੀ, ਅਗਰ ਸਰਕਲ ਮਹਾਂ ਹੀ ਚੱਲਦਾ ਕਰਦੇ ਜੀ। ਮੇਰਾ ਭਰਾ ਰੋਣਾ ਢਿੱਡ ਪਾਲ ਲੈਂਦਾ, ਇਹਨੇ ਨਾ ਤਕਲੀਫ ਹੋਣ ਡੀ ਲੋਕਾਂ ਨੂੰ। ਵੇਖੋ ਜਦੋਂ ਦੁਕਾਨ ਤੋਂ ਵੀਰ ਜਾਂਦਾ ਇਹਨਾਂ ਸ਼ਾਮਾਂ ਨੂੰ ਘਰ, ਤੂੰ ਉਦੋਂ ਘਰੋਂ ਫੋਨ ਲਾ ਲਈਦਾ ਸੀ, ਪੁੱਤ ਖੰਡ ਲਈ ਆਈ, ਪੁੱਤ ਚਾਹ ਲਈ ਆਈ, ਪੁੱਤ ਤੇਰੇ ਬੱਚੇ ਬੈਠੇ ਦੁੱਧ ਲਾਇਆ ਸੀ, ਇਹਦੇ ਸਿਰੋਂ ਇਹ ਆਣ ਕੇ ਦੁੱਧ ਲਿਆਉਂਦਾ ਹੁੰਦਾ ਸੀ, ਆਣ ਕੇ ਖੰਡ ਪੱਤੀ ਲਿਆਉਂਦਾ ਤੇ ਫਿਰ ਸਵੇਰੇ ਚਾਹ ਬਣਦੀ। ਅੱਜ ਸਾਡੇ ਬੱਚੇ ਸਵੇਰ ਦੇ ਭੁੱਖੇ ਆ, ਰੋਂਦੇ ਸੀ ਵੀ ਅਸੀਂ ਕਿੱਥੋਂ ਖਾਵਾਂਗੇ ਕੀ ਕਰਾਂਗੇ। ਕਿਸੇ ਤੋਂ ਕੁਛ ਲਿਆ, ਕਿਸੇ ਤੋਂ ਕੁਛ ਲਿਆ, ਕਿਸੇ ਤੋਂ ਕੁਛ ਲਿਆ, ਕਿਸੇ ਤੋਂ ਲੱਕੜ ਲੈ, ਕਿਸੇ ਤੋਂ ਮਤਲਬ ਕਿ ਥੋੜ੍ਹਿਆਂ ਨੇ, ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਮਾੜੀ ਚੰਗੀ ਦੁਕਾਨ ਬਣਾਈ, ਅਤੇ ਚਲੋ ਟਾਈਮ ਪਾਸ ਕਰੀ ਜਾਂਦੇ ਹਾਂ, ਅਤੇ ਥੋੜ੍ਹੇ ਤੋਂ ਥੋੜ੍ਹੇ 'ਚ ਵੀ ਬਰਕਤ ਮਹਾਰਾਜ ਪਾਉਂਦਾ ਹੈ। ਅਤੇ ਚਲੋ ਜੋ ਦਾ ਹੁਕਮਾਂ, ਜੋ ਦੀ ਰਜ਼ਾ ਮਾਲਕ ਦੀ ਸੱਚੇ ਪਾਤਸ਼ਾਹ ਦੀ, ਉਹਦਾ ਭਾਣਾ ਮਿੱਠਾ ਮੰਨਣਾ ਹੈ। ਇੱਕ ਗੱਲ ਦੱਸੀ ਵੀਰ, ਆ ਕੈਮਰੇ ਸਾਹਮਣੇ ਜਿਹੜਾ 8-9 ਹਜ਼ਾਰ ਦਾ ਸਮਾਨ ਸੀਗਾ, ਉਹ ਤੇਰੇ ਵਾਸਤੇ ਕਿੰਨੇ ਦਾ ਸੀ? ਉਹ ਸਰ ਮੇਰੇ ਵਾਸਤੇ ਲੱਖਾਂ ਮਹੀਨੇ ਰੱਖਦਾ ਸੀ, ਕਿਉਂਕਿ ਮੇਰਾ ਰੋਜ਼ਗਾਰ ਹੀ ਉੱਥੋਂ ਚੱਲਦਾ ਵਾ, ਕਿਉਂਕਿ ਉਹ ਆਪਾਂ ਸ਼ਾਮ ਨੂੰ ਜਦੋਂ ਛੁੱਟੀ ਹੁੰਦੀ ਆ ਬੱਚਿਆਂ ਨੂੰ, ਉਹ ਆਪਾਂ ਵੇਚ ਕੇ ਉਹਦੇ 'ਚ ਜਿਹੜੀ ਕਮਾਈ ਹੁੰਦੀ ਸੀ ਆਪਾਂ ਬੱਚੇ ਘਰ ਦਾ ਸਰਕਲ ਚਲਾਈਦਾ ਹੈਗਾ, ਫਿਰ ਥੋੜ੍ਹੇ ਪਾਸੇ ਉਹ ਸਮਾਨ ਲਿਆਉਣ ਲੈ ਆਈਦਾ ਅਤੇ ਫਿਰ ਵੇਚ ਲਈਦਾ, ਸਰਕਲ ਚਲਾਈ ਜਾਈਦਾ ਹੈ। ਉਹ ਸਾਡੇ ਲੱਖਾਂ ਰੁਪਏ ਮਹੀਨੇ ਰੱਖਦਾ ਵਾ, ਕਿਉਂਕਿ ਉਹਦੇ ਨਾਲ ਆਪਣਾ ਰੋਜ਼ਗਾਰ ਚੱਲਣ ਡਿਆ ਹੈਗਾ। ਪਰ ਜਿਹੜਾ ਗਰੀਬ ਹੁੰਦਾ ਨਾ ਵੀਰ ਜੀ, ਜਿਹੜਾ ਗਰੀਬ ਹੁੰਦਾ, ਮਜ਼ਦੂਰ ਹੁੰਦਾ, ਉਹਦੀ ਤਾਂ ਉਹਨੇ ਸਵੇਰੇ ਦਿਹਾੜੀ ਕਰਨੀ ਆ ਅਤੇ ਸ਼ਾਮ ਨੂੰ ਉਸੇ ਦਿਹਾੜੀ ਦਾ ਉਹਨੇ ਵਿਚਾਰੇ ਨੇ ਆਪਦੇ ਘਰੇ ਚਾਹ, ਮਿੱਠਾ, ਸਬਜ਼ੀ ਭਾਜੀ, ਦੁੱਧ ਆਪਣੇ ਬੱਚਿਆਂ ਲਈ ਲੈ ਕੇ ਆਉਣਾ ਹੁੰਦਾ ਵਾ। ਅਤੇ ਵੀਰੇ ਫਿਰ ਅੱਜ ਕਿੱਦਾਂ? ਫਿਰ ਅੱਜ ਔਖਾ, ਸਵੇਰ ਦੇ ਬੱਚੇ ਨਹੀਂ, ਉਹਦਾ ਕੋਈ ਰਾਸ਼ਨ ਪਾਣੀ ਨਹੀਂ ਲਿਆਂਦਾ ਗਿਆ, ਸਵੇਰ ਦੇ ਇਸੇ ਟੈਨਸ਼ਨ 'ਚ ਚੁੱਪ ਕਰਕੇ ਬੈਠੇ ਹਾਂ ਵੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ, ਅਤੇ ਨਹੀਂ ਘਰੇ ਤਾਂ ਜਾਇਆ ਨਹੀਂ ਗਿਆ, ਬੜਾ ਔਖਾ ਜੀ। ਸਵੇਰ ਦਾ ਸਾਰੇ ਟੱਬਰ ਨੇ ਰੋਟੀ ਨਹੀਂ ਖਾਧੀ, ਵੀ ਟੈਨਸ਼ਨ ਆ ਸਾਨੂੰ ਵੀ ਸਾਡੀ ਰੋਟੀ ਖੋਈ ਗਈ ਆ, ਸਾਡੀ ਕਮਾਈ ਖੋਲੀ ਆ, ਸਾਡਾ ਸਭ ਨਾ ਸਾਡਾ ਘਰ ਹੀ ਸਾੜਤਾ। ਸਵੇਰ ਦੀ ਨਹੀਂ ਰੋਟੀ ਖਾਧੀ, ਨਾ ਬੱਚਿਆਂ ਨੇ, ਨਾ ਅਸੀਂ, ਟੈਨਸ਼ਨ ਜੀ ਆ ਉਸ ਜੀ। ਮੈਂ ਜਿਹੜੀ ਵੀ ਸੰਗਤਾਂ ਵੀਡੀਓ ਵੇਖ ਰਹੀ ਆ ਨਾ ਸੰਗਤ ਜੀ, ਮੈਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜੀ, ਪਿੰਡ ਮਰਹਾਣਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਵੀਰ ਰਹਿੰਦਾ ਵਾ, ਠੀਕ ਹੈ ਜੀ। ਅੱਡੇ ਦੇ ਉੱਪਰ ਇਹਦੀ ਵੀਰ ਦੀ ਦੁਕਾਨ ਸੀਗਾ, ਅਤੇ ਵੇਖ ਲਓ ਵੀ ਨੈਸ਼ਨਲ ਹਾਈਵੇ ਆ, ਵਿਚਾਰੇ ਨੇ ਮਾੜਾ ਮੋਟਾ ਵਿਚਾਰੇ ਨੇ ਆਪਣਾ ਝੌਂਪੜੀ ਪਾ ਕੇ ਇਹਦੇ ਵਿੱਚ ਬੱਚਿਆਂ ਦੇ ਵਾਸਤੇ ਟੋਫੀਆਂ, ਬਿਸਕੁਟ, ਕਾਪੀਆਂ, ਪੈਸਲਾਂ ਰੱਖੀਆਂ ਸੀਗੀਆਂ, ਕਿਉਂਕਿ ਲਾਗੇ ਸਕੂਲ ਵਾ, ਜਦੋਂ ਅੱਧੀ ਛੁੱਟੀ ਹੁੰਦੀ ਸੀ ਕਿ ਬੱਚੇ ਆਣ ਕੇ ਸਮਾਨ ਲੈ ਕੇ ਜਾਂਦੇ ਸੀਗੇ, ਕੋਈ ਟੋਫੀਆਂ ਲੈ ਜਾਂਦਾ ਸੀ, ਕੋਈ ਬਿਸਕੁਟ ਲੈ ਕੇ ਜਾਂਦਾ ਸੀਗਾ। ਅਤੇ ਵੀਰ ਬਹੁਤਾ ਸ਼ਾਹੂਕਾਰ ਨਹੀਂ ਸੀ ਵੀ ਇਹਨੇ ਵੱਡੇ ਵੱਡੇ ਗੋਦਾਮ ਪਾਏ ਆਪਣੇ, ਇੱਕ ਨਿੱਕੀ ਜਿਹੀ ਝੌਂਪੜੀ ਸੀਗੀ, ਇਹ ਵੀ ਇਹਨਾਂ ਨੇ ਪਾਪੀ ਲੋਕਾਂ ਨੂੰ ਇਹ ਵੀ ਚੁੱਭਦੀ ਸੀਗੀ, ਅਤੇ ਅੱਜ ਉਹ ਵੀ ਸੜ ਕੇ ਸਵਾਹ ਕਰ ਦਿੱਤੀ ਆ। ਅਤੇ ਵੇਖੋ ਵਿਚਾਰਾ ਸਵੇਰ ਦਾ ਵਿਚਾਰਾ ਇਹ ਦੁਕਾਨ ਵੱਲ ਵੇਖ ਕੇ, ਸਾਰਾ ਟੱਬਰ ਦੁਕਾਨ ਵੱਲ ਵੇਖ ਵੇਖ ਕੇ ਤੇਜ ਸਿੰਘ ਜੀ ਰੋਈ ਜਾ ਰਿਹਾ ਵਾ। ਸੋ ਮੈਂ ਆਪਣੇ
ਪੰਜਾਬੀ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਅੱਗੇ ਰੋਜ਼ ਕਦੀ 200 ਕਦੀ 300 ਰੁਪਇਆ ਘਰੇ ਖੜਦਾ ਸੀਗਾ, ਅੱਜ ਵੀ ਅੱਜ ਖਾਲੀ ਹੱਥ ਜਾਏਗਾ ਨਾ। ਅੱਗੇ ਦੁਪਹਿਰੇ ਆਸ ਹੁੰਦੀ ਵੀ ਬੱਚਿਆਂ ਨੇ ਅੱਧੀ ਛੁੱਟੀ ਵੇਲੇ ਆਉਣਾ ਵਾ ਤੇ ਚਲੋ 200-400 ਵੱਟ ਲਾਂਗੇ ਤੇ ਬੱਚਿਆਂ ਵਾਸਤੇ ਕੋਈ ਖਾਣ ਪੀਣ ਲਈ ਲੈ ਜਾਂਗੇ, ਕੋਈ ਕੋਈ ਦਾਲ ਖੜਾਂਗੇ, ਕੋਈ ਆਟਾ ਖੜਾਂਗੇ, ਕੋਈ ਚਾਹ ਪਾਣੀ ਦਾ ਸੌਦਾ ਖੜਾਂਗੇ। ਤੇ ਪਰ ਅੱਜ ਕੋਈ ਆਸ ਨਹੀਂ ਕਿਉਂਕਿ ਰਾਤ ਦੀ ਅੱਗ ਲੱਗੀ ਆ ਤੇ ਕੋਈ ਆਸ ਨਹੀਂ ਵੀ ਆਪਾਂ ਨੂੰ ਕੋਈ ਬੱਚਿਆਂ ਦੀ, ਕੋਈ ਸਾਰੇ ਬੱਚੇ ਵੀ ਆਣ ਕੇ ਵੇਂਦੇ ਵੀ ਵੀਰ ਜੀ ਕੀ ਹੋਇਆ ਤੇ ਬੱਚਿਆਂ ਨੂੰ ਆਪਾਂ ਕੀ ਜਵਾਬ ਦੇਣਾ ਵਾ। ਅਸੀਂ ਬੱਚੇ ਵੀ ਨਾਰਾਜ਼ ਮੁੜੇ ਹੋਣੇ ਹਨਾ, ਬਹੁਤ ਚੰਗਾ। ਹੋਰ ਮਾਤਾ ਠੀਕ ਠਾਕ? ਬੜਾ ਮਾਂ ਮਾੜਾ ਆ ਨਾ। ਮੇਰੇ ਪੁੱਤ ਦੀ ਕਮਾਈ ਰੋਟੀ ਅਸੀਂ ਇਹਦੇ ਚੋਂ ਖਾਂਦੇ, ਆ ਵੇਖੋ ਨਿੱਕੇ ਨਿੱਕੇ ਬੱਚੇ ਉਹਦੇ ਤਿੰਨ, ਘਰ ਦੀ ਵਿਚਾਰੀ ਦੀ ਗਈ ਆ ਤੇ ਔਖੇ ਹੋ ਕੇ ਬਣਾਈ ਹੈਗੀ ਤੇ ਗਰੀਬ ਹੈਗੇ ਆਪਦੀ ਇਸੇ ਦੁਕਾਨ ਚੋਂ ਹੀ ਹਜੇ ਤੱਕ ਗੁਜ਼ਾਰਾ ਕਰਦਾ। ਮਾੜਾ ਕੀਤਾ ਜਿੰਨੇ ਵੀ ਕੀਤਾ, ਸਾਡੀ ਹੈਲਪ ਕਰੋ ਕੋਈ। ਸੰਗਤ ਜੀ, ਅੱਜ ਮੈਂ ਆਪਣੇ ਪਿੰਡ ਹੀ ਆਇਆ ਵਾਂ, ਪਿੰਡ ਮਰਹਾਣਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਆਇਆ ਵਾਂ। ਇਹ ਜਿਹੜਾ ਵੀਰ ਆ, ਗੁਰਪ੍ਰੀਤ ਵੀਰ ਆ, ਮੇਰਾ ਦੋਸਤ ਵੀ ਆ, ਇਹ ਵਿਚਾਰਾ ਆਪਣੀ ਝੌਂਪੜੀ ਬਣਾ ਕੇ ਇੱਥੇ ਆਪਣੀ ਦੁਕਾਨ ਇਹਨੇ ਬਣਾ ਕੇ ਇੱਥੇ ਆਪਣੀ ਕਿਰਤ ਕਰਦਾ ਸੀਗਾ ਅਤੇ ਕਿਸੇ ਪਾਪੀ ਅੰਸਰ ਨੇ, ਸ਼ਰਾਰਤੀ ਅੰਸਰ ਨੇ ਵੇਖੋ ਇਹਦੀ ਰਾਤ 17 ਸਤੰਬਰ ਦੀ ਰਾਤ ਨੂੰ ਅੱਗ ਲਾ ਕੇ ਇਹਦੀ ਸਾਰੀ ਝੌਂਪੜੀ ਨੂੰ ਸੜ ਕੇ ਸਵਾਹ ਕਰ ਦਿੱਤਾ ਵਾ। ਵੇਖੋ ਅੱਜ ਜ਼ਮਾਨਾ ਇਹੋ ਜਿਹਾ ਆ ਗਿਆ ਵਾ ਕਿ ਲੋਕ ਕਿਸੇ ਨੂੰ ਕਿਰਤ ਵੀ ਨਹੀਂ ਕਰਨ ਦਿੰਦੇ। ਤਾਂ ਮੈਂ ਤੁਹਾਨੂੰ ਵੀਰ ਜੀ ਨਾਲ ਮਿਲਾਉਂਦਾ ਵਾਂ, ਇਹਨਾਂ ਤੋਂ ਮੈਂ ਵੀਰ ਜੀ ਹੋਣਾਂ ਤੋਂ ਪੁੱਛਣਾ ਕੀ ਗੱਲ ਸੀਗੀ। ਅਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਇੱਕ ਵਾਰੀ ਵੀਰ ਵਾਲੇ ਵੇਖੋ ਕਿ ਸਾਬਤ ਸੂਰਤ ਗੁਰ ਦਾ ਸਿੱਖ ਵਾ, ਤਾਂ ਵੀਰ ਦੀਆਂ ਸਾਰਾ ਪਰਿਵਾਰ ਸਾਬਤ ਸੂਰਤ ਸਿੱਖ ਵਾ। ਅਤੇ ਆਓ ਤੁਹਾਨੂੰ ਹੁਣ ਮੈਂ ਵੀਰ ਨਾਲ ਗੱਲਬਾਤ ਕਰਾਉਂਦਾ ਅਤੇ ਇਹਨਾਂ ਦਾ ਦਰਦ ਤੁਹਾਨੂੰ ਸਾਰੀ ਸੰਗਤ ਨੂੰ ਸਾਹਮਣੇ ਵਿਖਾਉਂਦਾ ਵਾਂ। ਅਤੇ ਗੁਰਪ੍ਰੀਤ ਵੀਰ, ਕੀ ਗੱਲ ਹੋਈ ਯਾਰ? ਗੱਲ ਕੋਈ ਨਹੀਂ, ਸਾਨੂੰ ਫੋਨ ਆਇਆ ਸੀਗਾ ਤੜਕੇ ਵੀ, ਕਿਸੇ ਦਾ ਫੋਨ ਆਇਆ ਵਾ ਵੀ ਤੁਹਾਡੀ ਦੁਕਾਨ ਸਾੜਤੀ ਹੈ ਕਿਸੇ ਨੇ। ਜਦੋਂ ਆਣ ਕੇ ਵੇਖਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਆਪਣਾ, ਅਤੇ ਰਾਤੀ 12:30 ਵਜੇ ਕਿਸੇ ਨੇ ਸ਼ਰਾਰਤੀ ਅੰਸਰ ਨੇ ਅੱਗ ਲਾ ਦਿੱਤੀ ਆ ਅਤੇ ਚੌਂਕੀਦਾਰ ਨੂੰ ਪਤਾ ਲੱਗਾ ਸੀਗਾ ਅਤੇ ਇਹਨਾਂ ਨੇ ਫੋਨ ਕਰਨਾ ਸੀ, ਇਹਨਾਂ ਦੇ ਪੈਸੇ ਨਹੀਂ ਹੈਗੇ ਫੋਨ 'ਚ, ਅਤੇ ਇਹਨਾਂ ਨੇ ਫੋਨ ਕਰਨਾ ਸੀ ਅਤੇ ਪਰ ਨਹੀਂ ਹੋ ਸਕਿਆ। ਅਤੇ ਪਰ ਜੋ ਉਹਨੇ ਵੀ ਕੀਤਾ ਬਹੁਤ ਮਾੜਾ ਕੀਤਾ, ਆਪਦਾ ਦਹਾਂ ਨੌਵਾਂ ਦੀ ਕਿਰਤ ਕਰਨ ਡਿਆ ਅਤੇ ਆਪਦਾ ਚਲੋ ਸਾਰੇ ਲੱਗੇ ਹਾਂ ਆਪਾਂ, ਕਿਸੇ ਨੂੰ ਕੋਈ ਮਾੜਾ ਨਹੀਂ ਚੰਗਾ ਨਹੀਂ, ਕਿਹੜੀ ਆਪਦਾ ਟਾਈਮ ਪਾਸ ਕਰਨ ਡਿਆ। ਪਰ ਵਾਕਿਆ ਜਿੰਨੇ ਗਲਤ ਕੀਤਾ ਨਾ, ਬਹੁਤ ਜ਼ਿਆਦਾ ਗਲਤ ਕੀਤਾ, ਧੱਕਾ ਕੀਤਾ ਮੇਰੇ ਨਾਲ। ਜਿੰਨੇ ਵੀ ਕੋਈ ਗੱਲ ਕਰਨੀ ਸਿੱਧੀ ਆਣ ਕੇ ਡਾਇਰੈਕਟ ਕਰ ਸਕਦਾ ਵੀ ਤੁਹਾਡੇ ਨਾਲ ਆਹ ਪਰੇਸ਼ਾਨੀ, ਸਾਨੂੰ ਆਹ ਤੰਗੀ ਆ, ਅਤੇ ਪਰ ਇੱਦਾਂ ਨਹੀਂ ਚਾਹੀਦਾ ਕਿ ਕਿਸੇ ਦੇ ਰਿਜਕ ਨਹੀਂ ਖੋਣਾ ਚਾਹੀਦਾ, ਇੱਦਾਂ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਸੇ ਦਾ। ਵੇਖੋ ਜੀ, ਤੁਹਾਡੇ ਸਾਹਮਣੇ ਨਿੱਕੇ ਨਿੱਕੇ ਬੱਚੇ ਆ ਦੋ, ਅਤੇ ਪਰਿਵਾਰ ਨੂੰ ਪਾਲਣਾ ਵਾ, ਇਸੇ ਸਿਰੋਂ ਆਪਣਾ ਗੁਜ਼ਾਰਾ ਹੁੰਦਾ ਵਾ, ਅਤੇ ਜੇ ਆਪਣੇ ਇਸੇ ਨੂੰ ਆਪਾਂ ਸਾੜਤਾ ਤਾਂ ਵੇਖੋ ਤੁਹਾਡੇ ਸਾਹਮਣੇ ਕਿੰਨਾ ਔਖਾ ਹੋਊਗਾ ਕੰਮ। 6 ਜਣੇ ਪਾਲਣ ਦੇ ਦੁਕਾਨ 'ਚੋਂ, ਭਾਵੇਂ ਅਸੀਂ ਥੋੜ੍ਹੀ ਗੁਜ਼ਾਰਾ ਕਰਦੇ ਹਾਂ, ਬਹੁਤੀ ਕਰਦੇ, ਇੱਕ ਬੱਚਿਆਂ ਦੀ ਮਾਂ ਨਹੀਂ ਹੈਗੀ, ਮੈਂ ਦਾਦੀ ਹਾਂ, ਅਤੇ ਇਹ ਵਿਚਾਰਾ ਆਪਦੇ ਬੱਚੇ 3 ਪਾਲਣ ਡਿਆ ਸੀ। ਅੱਜ ਅਸੀਂ ਬਹੁਤ ਦੁਖੀ ਹੋ ਗਏ, ਸਾਨੂੰ ਇਨਸਾਫ਼ ਚਾਹੀਦਾ, ਸਾਡੀ ਕੋਈ ਮਦਦ ਕਰੋ, ਗਰੀਬ ਆਦਮੀ ਹੈ। ਸ਼ਕ ਜੀ, ਅਸੀਂ ਜਦੋਂ ਮੈਂ ਪਿੰਡ ਥਾਣੀ ਲੰਘਦਾ ਟੱਪਦਾ ਹੁੰਦਾ ਸੀਗਾ ਅਤੇ ਇੱਥੇ ਬਾਪੂ ਜੀ ਜਾਂ ਵੀਰ ਜੀ ਦੁਕਾਨ 'ਤੇ ਹੁੰਦੇ ਸੀਗੇ, ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਈ ਬਹੁਤ ਵੱਡਾ ਕੋਈ ਸ਼ੋਰੂਮ ਨਹੀਂ ਸੀ ਇਹਨਾਂ ਦਾ ਵੀ, ਜਾਂ ਕੋਈ ਬਹੁਤ ਵੱਡਾ ਇਹਨਾਂ ਦਾ ਸਟੋਰ ਨਹੀਂ ਸੀਗਾ। ਇੱਕ ਵਿਚਾਰੇ ਕੋਲ ਥੋੜ੍ਹੇ ਜਿਹੇ ਵਿਚਾਰੇ ਨੇ 2-4 ਕਿਲੋ ਇੱਥੇ ਸਬਜ਼ੀ ਰੱਖੀ ਹੁੰਦੀ ਸੀਗੀ, ਜਾਂ ਮਾੜਾ ਮੋਟਾ ਭੁਜੀਆ ਬੱਚਿਆਂ ਦੇ ਖਾਣ ਵਾਸਤੇ ਰੱਖਿਆ ਹੁੰਦਾ ਸੀਗਾ। ਹਾਂਜੀ, ਬੱਚਿਆਂ ਦੇ ਇੱਥੇ ਲਾਗੇ ਸਕੂਲ ਆ ਅਤੇ ਬੱਚਿਆਂ ਦੇ ਕੋਈ ਪੈਨ ਕਾਪੀ ਦੀ ਜ਼ਰੂਰਤ ਹੁੰਦੀ ਆ, ਜਾਂ ਸਬਜ਼ੀ ਭਾਜੀ ਆਪਾਂ ਰੱਖੀ ਹੁੰਦੀ ਸੀਗੇ, ਅਤੇ ਬੱਚਿਆਂ ਦੇ ਖਾਣ ਪੀਣ ਲਈ ਜਾਂ ਕੁਰਕਰੇ ਕਰਕੇ ਭੁਜੀਆ ਭੱਜੀਆ ਚਲੋ ਸਮਾਨ ਕੋਈ ਰੱਖਿਆ ਹੁੰਦਾ ਹੈਗਾ, ਕੋਈ ਓਡਾ ਸਮਾਨ ਨਹੀਂ। ਪਰ ਫਿਰ ਵੀ ਵੇਖੋ ਵੀ ਆਪਾਂ
ਦਹਾਨਾਵਾਂ ਦੀ ਕਰਤਾ ਕਰਨ ਡਿਆ ਅਤੇ ਫਿਰ ਵੀ ਕਿਸੇ ਨੂੰ ਪਰੇਸ਼ਾਨੀ ਕੀ ਆ ਸਾਡੇ ਨੂੰ, ਜਾਂ ਤਾਂ ਸਿੱਧੀ ਸਾਨੂੰ ਦੱਸ ਦੇਣ ਵੀ ਆਹ ਪਰੇਸ਼ਾਨੀ ਆ, ਆਪਾਂ ਇੱਥੋਂ ਹਟਾ ਕੇ ਕਿਤੇ ਹੋਰ ਕਿਤੇ ਕਰ ਸਕਦੇ ਪ੍ਰਬੰਧ, ਪਰ ਬਹੁਤ ਗਲਤ ਕੀਤਾ ਕਿਸੇ ਨੇ ਵੀ ਜੀ ਅੱਗ ਲਾ ਕੇ ਨਾ, ਬਹੁਤ ਗਲਤ ਕੀਤਾ। ਫਿਰ ਆਪਾਂ ਕਹਿੰਦੇ ਹਾਂ ਕਿ ਆਪਾਂ ਇਹ ਜਿਹੜੇ ਆਪਣੇ ਨੌਜਵਾਨ ਵਾ ਅਤੇ ਆਪਣੇ ਭੈਣ ਭਰਾ ਵਾ, ਹੈ ਨਾ, ਉਹ ਮਾੜੇ ਕੰਮਾਂ ਵੱਲ ਜਾਂਦੇ ਆ, ਜਿਵੇਂ ਨਸ਼ਾ ਪੀਂਦੇ ਆ ਜਾਂ ਨਸ਼ਾ ਵੇਚਦੇ ਆ ਜਾਂ ਫਿਰ ਮੰਨ ਕੇ ਚਲੋ ਚੋਰੀਆਂ ਵੱਲ ਜਾਂਦੇ ਆ, ਪਰ ਇਹ ਵਿਚਾਰੇ ਕੀ ਕਰਨ, ਹੈ ਨਾ, ਜਦੋਂ ਇਹਨਾਂ ਨੂੰ ਕੰਮ ਕਰਦਿਆਂ ਨੂੰ, ਇਹਨਾਂ ਨੂੰ ਦਸਾਂ ਨੌਵਾਂ ਦੀ ਕਿਰਤ ਕਰਦਿਆਂ ਨੂੰ ਲੋਕ ਜਰਦੇ ਨਹੀਂ ਆ, ਦਸਾਂ ਨੌਵਾਂ ਦੀ ਕਿਰਤ ਕਰ ਨਹੀਂ ਦਿੰਦੇ, ਅਤੇ ਫਿਰ ਬੰਦਾ ਕੀ ਕਰੂਗਾ ਵਿਚਾਰਾ, ਤੁਹਾਨੂੰ ਪਤਾ ਫਿਰ ਰਾਤ ਉਹਦੇ ਭੜਕੂਗਾ ਜੀ। ਜਦੋਂ ਮਤਲਬ ਕੋਈ ਕਿਸੇ ਕੋਲ ਰੁਜ਼ਗਾਰ ਨਹੀਂ ਹੈਗਾ, ਕੋਈ ਆਪਦਾ ਨਹੀਂ ਧੰਦਾ ਕਰਾਂਗੇ ਅਤੇ ਚੋਰੀਆਂ ਕਰਾਂਗੇ ਠੱਗੀਆਂ ਕਰਾਂਗੇ, ਅਤੇ ਫਿਰ ਉਹ ਸਹੀ ਆ, ਉਹ ਲੋਕ ਤਾਂ ਹੀ ਕਰਦੇ ਜਦੋਂ ਆਪਦੇ ਆਰੇ ਨਹੀਂ ਲੱਗੇ। ਹੁਣ ਮੰਨ ਲਓ ਆਪਦੇ ਆਰੇ ਲੱਗੇ ਹਾਂ, ਥੋੜ੍ਹਾ ਕਮਾਈਏ ਬਹੁਤਾ ਕਵੀ ਆਪਦਾ ਸਰਕਲ ਚੱਲੀ ਜਾਂਦਾ ਜੋ ਵੀ ਆ, ਜਦੋਂ ਆਪਣਾ ਇਹ ਰੁਜ਼ਗਾਰ ਨਾ ਆਊਗਾ, ਆਪਾਂ ਬੱਚੇ ਵੀ ਪਾਲਣੇ ਆ, ਪਰਿਵਾਰ ਵੀ ਪਾਲਣਾ, ਤਾਂ ਕਿੱਥੋਂ ਪਾਲਾਂਗੇ, ਫਿਰ ਤਾਂ ਪੁੱਠੇ ਬੰਨੇ ਹੀ ਧਿਆਨ ਜਾਊਗਾ ਆਪਣਾ। ਅਤੇ ਚਲੋ ਮਹਾਰਾਜ ਸਤਿਗੁਰੂ ਕਿਰਪਾ ਕਰੇ ਵੀ ਆਪਣਾ ਪੁੱਠੇ ਬੰਨੇ ਨਾ ਹੀ ਧਿਆਨ ਜਾਵੇ ਆਪਦਾ, ਇਹੀ ਚੱਲੀ ਜਾਂਦਾ ਸੀਗਾ। ਵੱਡੀਆਂ ਵੱਡੀਆਂ ਦੁਕਾਨਾਂ 'ਤੇ ਵੀ ਆ ਨਿੱਕਾ ਮੋਟਾ ਬੁੜੀ ਬੀੜੇ ਬੀੜੇ ਦੀਆਂ ਬੁੜੀਆਂ ਜਾਂ ਬੀੜੀਆਂ ਰੱਖਦੇ, ਮੇਰਾ ਪੁੱਤ ਇਹ ਵੀ ਨਹੀਂ ਰੱਖਦਾ ਵੀ ਮੈਂ ਸਿੱਖ ਰੂਪ 'ਚ ਹਾਂ, ਮੈਂ ਹੋਰ ਪੈਟੀਆਂ ਪੂਟੀਆਂ ਲਿਆਉਣ ਕੇ ਗੁਜ਼ਾਰਾ ਕਰ ਲੂੰ ਜਾਂ ਹੋਰ ਕੋਈ ਚੀਜ਼, ਮੈਂ ਇਹ ਵੀ ਨਹੀਂ ਚੀਜ਼ ਵਿੱਚ ਅਸੀਂ ਕਿਸੇ ਨੂੰ ਇਹੋ ਜਿਹੀ ਵੀ ਨਹੀਂ ਵੀ ਸਾਡਾ ਕੋਈ ਨਾ ਅਸੀਂ ਕਿਸੇ ਨੂੰ ਕੋਈ ਮਾੜੀ ਚੰਗੀ ਆਖੀ, ਨਾ ਸਾਡੇ ਨਾਲ ਕੋਈ ਵੈਰ ਵਿਰੋਧੀ ਕਿਸੇ ਦਾ, ਸਾਨੂੰ ਉਤਰਾ ਦਿੰਦੇ ਵੀ ਇੱਥੋਂ ਚੁੱਕ ਲਾ, ਅਸੀਂ ਸਮਾਨ ਹੀ ਬਚਾ ਲੈਂਦੇ ਆਪਦਾ। ਹੁਣ ਵੇਖੋ 2 ਮੇਚ ਸੀ, ਇੱਕ ਮੇਚ ਮਿਸਤਰੀ ਤੋਂ ਬਣਵਾਇਆ ਉਹਦਾ 2000 ਲੱਗਾ, ਇੱਕ ਅਸੀਂ 1500 ਦਾ ਕਿਸੇ ਤੋਂ ਲਿਆ, ਫਿਰ ਉਹ ਡੱਬੇ ਡੁੱਬੇ ਖਾਣ ਪੀਣ ਵਾਲਾ ਸਮਾਨ ਕਿੰਨਾ ਸੜ ਗਿਆ, 10 ਰੁਪਈਆਂ ਦੀ ਚੀਜ਼ ਲੈਣੀ ਹੋਵੇ ਤਾਂ 10 ਵਾਰੀ ਵੇਖੀਦਾ ਵਾ ਗਰੀਬਾਂ ਘਰਾਂ ਦੇ ਵਿੱਚ 10। ਅਸੀਂ ਕਿਸੇ ਵੇਲੇ ਦੁੱਧ ਵੀ 10 ਪਵਾਉਂਦੇ ਹਾਂ, ਜਦੋਂ ਸਕੂਲ ਨੂੰ ਛੁੱਟੀ ਹੁੰਦੀ ਹੈ ਨਾ ਸਾਡੇ, ਉਦੋਂ ਪੈਸੇ ਕਮਾਈ ਘੱਟ ਹੁੰਦੀ ਹੈ, ਦੁੱਧ ਵੀ 10 ਪਵਾ ਲੈਂਦੇ ਵੀ ਚਲੋ ਕੋਈ ਨਹੀਂ। ਅਤੇ ਇੱਕ ਛੋਟਾ ਬੱਚਾ ਹੋਰ ਆ, ਮੇਰੀ ਨੌਂਹ ਘਰ ਨਹੀਂ ਗਈ, ਉਹ ਦਿਮਾਗੀ ਤੌਰ 'ਤੇ ਉਹਨੂੰ ਲੈ ਗਏ ਪੇਕੇ ਉਹਦੇ, ਤਾਂ ਮੈਂ ਹੀ ਪਾਲਣ ਡਈ ਹਾਂ। ਇਹ 3 ਜੀ, ਤਿੰਨਾਂ ਦੇ ਬੱਚੇ ਪਾਲਦਾ, ਇੱਕ ਇਹਦੀ ਭੈਣ ਹੈ, ਦੋਵੇਂ ਜੀ ਅਸੀਂ 6 ਜੀ ਇਹਦੇ ਸਿਰੋਂ ਪਾਲਦੇ ਹਾਂ, ਦੁਕਾਨ ਦੇ ਸਿਰੋਂ ਖਾਂਦੇ ਹਾਂ, ਹੋਰ ਕੁਛ ਨਹੀਂ ਕਰਦੇ। ਇਹ ਕਿੰਨਾ ਕੁ ਵੀ ਜੀ ਰੋਜ਼ ਦਾ ਕਿੰਨਾ ਕੰਮ, ਮਿਹਨਤ ਕਿੰਨੀ ਹੋ ਜਾਂਦੀ ਸੀ ਰੋਜ਼ ਦੀ? ਬਹੁਤ ਜਾਣੇ 300-400 ਦੇ ਆਸ ਪਾਸ ਅਰਾਊਂਡ ਇੰਨੇ ਕੋਈ ਹੁੰਦੇ, ਆਪਦਾ ਸਰਕਲ ਮਹਾਂ ਹੀ ਚੱਲਦਾ ਕਰਦਾ ਜੀ। ਬਹੁਤ ਗਲਤ ਆ, ਚੋਰੀ ਸਾਗ ਨੀ ਕਿਸੇ ਦਾ ਤੋੜਨਾ, ਲਾਮਾ ਨੀ ਲੈਣਾ, ਆਪਦੇ ਦਾਨਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਸਨ, ਉਹ ਵੀ ਨੀ ਸਾਨੂੰ ਖਾਣ ਦਿੱਤੀ। ਦੇਖੋ ਸੰਗਤ ਜੀ, ਤੁਸੀਂ ਇੱਕ ਕਿਰਤੀ ਸਿੱਖ ਦੀ ਦੁੱਖਾਂ ਭਰੀ ਦਾਸਤਾਨ ਸੁਣੀ ਆ, ਆਹ ਸਾਹਮਣੇ ਉਹਦੀ ਦੁਕਾਨ ਵਾ, ਮੈਂ ਵੀ ਇਹਨੂੰ ਕਹੂੰ ਇੱਕ ਵਾਰੀ ਦੁਕਾਨ ਦਿਖਾ ਦੇ। ਵੇਖੋ ਸੜ ਕੇ ਸਵਾਹ ਹੋ ਗਈ ਆ, ਕੋਈ ਰੁਪਈਏ ਦੀ ਚੀਜ਼ ਤੱਕ ਨਹੀਂ ਬਚੀ, ਵਿਚਾਰੇ ਨੇ ਪਾਈ ਪਾਈ ਜੋੜ ਕੇ ਆਪਣਾ ਭੁੱਖੀ ਰੁੱਖੀ ਮਿੱਸੀ ਖਾ ਕੇ ਇਹ ਵਿਚਾਰੇ ਨੇ ਆਪਣੀ ਦੁਕਾਨ ਪਾਈ ਸੀ, ਕਿਰਤ ਪਾਈ ਸੀਗੀ, ਤਾਂ ਵੇਖੋ ਪਾਪੀ ਬੰਦੇ ਨੇ ਇਹ ਸਾਰੀ ਦੀ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਆ। ਆਹ ਵੇਖੋ ਵੀ ਇੱਦਾਂ ਲੱਗਦਾ ਵਾ ਕਿ ਜਿਵੇਂ ਇੱਥੇ ਨਾ ਵੀ ਜਿਵੇਂ ਸਿਵਿਆਂ ਦੇ ਵਿੱਚ ਰਾਖ ਨਹੀਂ ਇਕੱਲੀ ਰਹਿ ਜਾਂਦੀ, ਜਿਵੇਂ ਇੱਕ ਸਿਰਫ ਰਾਖ ਰਹਿ ਗਈ ਆ। ਆਹ ਵੇਖੋ ਜਿਵੇਂ ਘੜਾ ਮੈਂ ਤੁਹਾਨੂੰ ਵਿਖਾਉਣ ਡਿਆ ਵਾ, ਉਹਦੇ ਜਿਹਾ ਘੜਾ ਪਿਆ ਵਾ, ਉਹ ਤੁਹਾਨੂੰ ਮੈਂ ਨਿੱਕੀਆਂ ਨਿੱਕੀਆਂ ਚੀਜ਼ਾਂ ਵਿਖਾਉਂਦਾ ਇੱਥੇ ਕਿ ਵੀਰ ਨੇ ਜੋ ਆਪਣੇ ਕਿਰਤ ਵਾਸਤੇ ਜੋ ਆਪਣੀ ਚੀਜ਼ਾਂ ਬਣਾਈਆਂ ਸੀਗੀਆਂ। ਆਹ ਕੀ ਚੀਜ਼ ਸੀ ਵੀਰੇ? ਬਕਸਾ ਬਕਸਾ ਲਿਆ ਸੀਗਾ,
ਆ ਵੀਰ ਜੀ ਮੇਰਾ ਮੈਂ ਮੇਰੇ ਤੋਂ ਮੱਖੀਆਂ ਦੇ ਬਕਸੇ ਹੈਗੇ ਸੀਗੇ ਅਤੇ ਇੱਕ ਬਕਸਾ ਮੈਂ ਵੀਰ ਨੂੰ ਦੇ ਦਿੱਤਾ ਸੀਗਾ, ਆਹ ਤੁਹਾਨੂੰ ਮੱਖੀਆਂ ਵਾਲਾ ਬਕਸਾ ਵਿਖਾਉਣਾ ਖਾਲੀ ਆਹ ਦਿਖਾਓ ਹੈਂ ਕੋਈ ਨਹੀਂ ਆਹ ਵੇਖੋ ਬਕਸਾ ਸੀ ਜਿਹੜਾ ਮੱਖੀਆਂ ਵਾਲਾ ਬਕਸਾ ਸੀਗਾ ਉਹ ਮੈਂ ਤੁਹਾਨੂੰ ਵਿਖਾਉਂਦਾ ਵਾਂ ਇਕੱਲੀ ਅਤੇ ਇਕੱਲੀ ਆਹ ਉਤਲੇ ਬੰਨੇ ਟੀਨ ਰਹਿ ਗਈ ਆ ਆਹ ਸੜ ਕੇ ਸਵਾਹ ਹੋ ਗਿਆ ਸਾਰਾ ਸਮਾਨ ਇਹਦੇ ਦੇਖੋ ਆਹ ਵੀਰ ਨੇ ਵਿੱਚ ਇਹਦੇ ਵਿੱਚ ਕੀ ਰੱਖਿਆ ਸੀ ਵੀਰ ਹੈਂ ਇੱਥੇ ਲੱਗ ਗਿਆ ਮੇਰੇ ਲੱਗ ਗਿਆ ਰੁਪਏ ਦਾ ਵਿਚਾਰੇ ਨੇ ਬੱਚਿਆਂ ਦੇ ਖਾਣ ਵਾਸਤੇ ਸਮਾਨ ਰੱਖਿਆ ਸੀਗਾ ਕਿੱਦਾਂ ਕਿੱਦਾਂ ਇਹ ਤੇ ਮਾਤਾ ਇਹ ਵੇਖੋ ਦੂਜਾ ਸੀਗਾ ਹਨਾ ਪਿੱਤਲ ਦਾ ਹਨਾ ਜਿਵੇਂ ਪਿੱਤਲ ਦਾ ਸਗੜਾ ਸੰਗ ਜੀ ਤੇ ਵੇਖੋ ਉਹ ਵੀ ਸੜ ਕੇ ਵੇਖ ਲਓ ਉਹ ਵੀ ਸਾਰਾ ਸਵਾਹ ਹੋ ਚੁੱਕਾ ਵਾ ਹਾਂ ਤਾਂ ਵੇਖੋ ਆਹ ਹਾਲਾਤ ਕਰ ਦਿੱਤੇ ਆ ਆਹ ਗਲਾਸ ਮੈਂ ਤੁਹਾਨੂੰ ਵਿਖਾਉਂਦਾ ਵਿੱਚ ਗਲਾਸ ਵੀ ਵਿੱਚ ਵੀਰ ਦੇ ਪਏ ਆ ਜਿਹਨਾਂ ਨਾਲ ਵੀਰ ਆਏ ਗਿਆ ਨੂੰ ਚਾਹ ਬਣਾ ਕੇ ਦਿੰਦਾ ਸੀ ਆਹ ਗਲਾਸ ਵਾ ਵੀਰ ਜੀ ਆਹ ਵੇਖੋ ਨਿੱਕੇ ਨਿੱਕੇ ਗਲਾਸ ਵੇਖੋ ਫਿਰ ਆਪਾਂ ਰੱਬ ਨੂੰ ਕਹਿੰਦੇ ਹਾਂ ਕਿ ਰੱਬਾ ਸਾਨੂੰ ਬਿਮਾਰੀਆਂ ਕਾਹਤੋਂ ਲਾ ਦਿੱਤੀਆਂ ਰੱਬਾ ਸਾਨੂੰ ਐਡੇ ਵੱਡੇ ਵੱਡੇ ਦੁੱਖ ਰੋਕ ਕਿਉਂ ਲਾ ਦਿੱਤੇ ਹਨਾ ਰੱਬ ਨਹੀਂ ਵੀਰ ਜੀ ਸੰਗ ਜੀ ਰੱਬ ਕਿਸੇ ਦਾ ਵੈਰੀ ਨਹੀਂ ਹੈਗਾ ਪਰ ਜਦੋਂ ਆਪਾਂ ਇਹੋ ਜਿਹੇ ਗਰੀਬਾਂ ਦੀ ਹਾਏ ਲਵਾਂਗੇ ਨਾ ਇਹੋ ਜਿਹੇ ਗਰੀਬਾਂ ਦੀ ਬਦਦੁਆ ਲਵਾਂਗੇ ਤਾਂ ਫਿਰ ਰੱਬ ਵਿਚਾਰਾ ਉੱਥੇ ਕੀ ਕਰੂਗਾ ਉਹ ਜਿਹੜੇ ਵੀਰ ਨੇ ਆਹ ਕੰਮ ਕੀਤਾ ਨਾ ਮੈਨੂੰ ਪਤਾ ਕਿ ਇਹ ਵੀਡੀਓ ਉਹਨੇ ਵੀ ਵੇਖ ਲੈਣੀ ਆ ਅਤੇ ਮੇਰੇ ਵੀਰ ਰੱਬ ਨੇ ਸੰਗਤ ਨੇ ਇਹਨੂੰ ਵੀਰ ਨੂੰ ਅਤੇ ਇਸ ਤੋਂ ਵੀ ਵਧੀਆ ਜਿਹੜੀ ਇਹਨੇ ਝੌਂਪੜੀ ਸੀਗੀ ਇਹਦਾ ਕਿਰਤ ਸੀਗੀ ਸੰਗਤ ਨੇ ਇਸ ਤੋਂ ਵੀ ਵਧੀਆ ਇਸ ਨੂੰ ਰੁਜ਼ਗਾਰ ਬਣਵਾ ਕੇ ਦੇ ਦੇਣਾ ਇਹ ਮੇਰਾ ਵਿਸ਼ਵਾਸ ਵਾ ਸਾਰੇ ਲੋਕ ਹੁਣ ਵੀ ਮਦਦ ਕਰਨਗੇ ਪਰ ਇਹ ਜਿੰਨੇ ਸਾੜੀ ਉਹ ਸਾਡਾ ਕਿਉਂ ਵਾਰੀ ਨਿਕਲਿਆ ਉਹ ਸਾਡੇ ਤੋਂ ਉਹਨੇ ਕੀ ਲੈਣਾ ਕਿਉਂ ਤੋਂ ਕੀ ਬਣਿਆ ਸਾਡਾ ਮੈਂ ਕਿਹਾ ਮਾਤਾ ਜੀ ਮੈਂ ਇਹ ਗੱਲ ਕਹਿਣ ਡਿਆ ਵਾਂ ਕਿ ਸੰਗਤ ਨੇ ਵਾਹਿਗੁਰੂ ਮਿਹਰ ਕਰੇ ਸੰਗਤ ਨੇ ਇਸ ਤੋਂ ਵੀ ਵਧੀਆ ਮਤਲਬ ਕਿ ਵੀਰ ਦੀ ਜਿਹੜੀ ਦੁਕਾਨ ਆ ਵੀਰ ਦੀ ਕਿਰਪਾ ਬਣਾ ਕੇ ਦੇ ਦੇਣੀ ਆ ਪਰ ਮੈਨੂੰ ਤਰਸ ਆਉਂਦਾ ਉਸ ਬੰਦੇ ਤੇ ਵੀ ਉਹਦਾ ਕੀ ਹਾਲਾਤ ਹੋਊਗਾ ਰੱਬ ਨੇ ਜਦੋਂ ਮਾਤਾ ਜੀ ਰੇਖਾ ਲੈਣਾ ਵਾ ਨਾ ਜਦੋਂ ਰੱਬ ਨੇ ਲੇਖਾ ਲੈਣਾ ਵਾ ਉਹਨੇ ਆਹ ਲੇਖੇ ਦੇ ਵਿੱਚ ਇਹ ਚੀਜ਼ਾਂ ਪੁੱਛਣੀਆਂ ਵਾ ਉਹਦੇ ਕੋਲੋਂ ਬਈ 10 ਰੁਪਏ ਜਿਹੜਾ ਤੂੰ ਆਹ ਕੰਮ ਕਰਕੇ ਆਇਆ ਸੀ ਨਾ ਤੇ 10 ਰੁਪਏ ਉਹਦਾ ਹੁਣ ਤੇਰੇ ਨਾਲ ਕੀ ਕੀਤੀ ਜਾਵੇ ਵੀਰੇ ਬਾਕੀ ਜਦੋਂ ਦੁਕਾਨ ਤੋਂ ਵੀਰ ਜਾਂਦਾ ਹੈ ਨਾ ਸ਼ਾਮਾਂ ਨੂੰ ਘਰ ਤੂੰ ਉਦੋਂ ਘਰੋਂ ਫੋਨ ਲਾ ਲਈਦਾ ਸੀ ਪੁੱਤ ਖੰਡ ਲਈ ਆਈ ਪੁੱਤ ਚਾਹ ਲਈ ਆਈ ਪੁੱਤ ਤੇਰੇ ਬੱਚੇ ਬੈਠੇ ਦੁੱਧ ਲਾਇਆ ਵੀ ਇਹਦੇ ਸਿਰੋਂ ਇਹ ਆਣ ਕੇ ਦੁੱਧ ਲਿਆਉਂਦਾ ਹੁੰਦਾ ਸੀ ਆਣ ਕੇ ਖੰਡ ਪੱਤੀ ਲਿਆਉਂਦਾ ਤੇ ਫਿਰ ਸਵੇਰੇ ਚਾਹ ਬਣਦੀ ਅੱਜ ਸਾਡੇ ਬੱਚੇ ਸਵੇਰ ਦੇ ਭੁੱਖੇ ਆ ਰੋਂਦੇ ਸੀ ਵੀ ਅਸੀਂ ਕਿੱਥੋਂ ਖਾਵਾਂਗੇ ਕੀ ਕਰਾਂਗੇ ਸਰਾਫ ਲੱਗੂਗਾ ਜਿੰਨੇ ਮੇਰੇ ਨਾਲ ਧੱਕਾ ਕੀਤਾ ਆਹ ਛੋਟੇ ਛੋਟੇ ਬੱਚਿਆਂ ਦਾ ਕਿਉਂ ਇਸ ਤਰ੍ਹਾਂ ਕੀਤੀ ਆ ਮੇਰੇ ਪੁੱਤ ਨੇ ਕਿਸੇ ਨੂੰ ਮਾੜਾ ਨਹੀਂ ਅੱਜ ਤੱਕ ਰੱਖਿਆ ਜੇ ਸਾਡੇ ਤੋਂ ਕੋਈ ਗਲਤੀ ਸਾਨੂੰ ਉਹ ਆ ਦਿੰਦੇ ਸਮਾਨ ਚੁੱਕ ਲਓ ਅਸੀਂ ਆਪਦਾ ਹੋਰ ਕਿਤੇ ਪਾ ਲੈਂਦੇ ਅਸੀਂ ਉਤਰਾ ਸਮਾਨ ਚੁੱਕ ਲੈਂਦੇ ਆ ਕੇ ਵਾਇਰ ਕੱਢਿਆ ਸਾਡੇ ਨਾਲ ਕਿਸੇ ਨੂੰ ਕਦੀ ਇੰਨਾ ਹੱਥਾਂ ਦੇ ਨਾਲ ਮਾੜਾ ਆਖਿਆ ਹੀ ਨਹੀਂ ਸੀ ਮੇਰਾ ਵੀਰ ਸੁਧਰ ਜੋ ਜਿੰਨੇ ਵੀ ਕੀਤਾ ਹੈ ਨਾ ਕਿਸੇ ਦੇ ਨਾਲ ਇਸ ਤਰ੍ਹਾਂ ਕਰੋ ਕਿਸੇ ਗਰੀਬ ਨਾਲ ਧੱਕਾ ਨਾ ਕਰੋ ਕਿਸੇ ਦਾ ਆਪਾਂ ਢਿੱਡ ਵਿਖਾਵਾਂਗੇ ਦਿਖਾਵਾਂਗੇ ਨਾ ਜੀ ਸਾਫ ਲਊਗਾ ਫਿਰ ਬਜਨੇ ਆ ਵੀ ਕਿਸੇ ਤੋਂ ਲੱਕੜ ਫੜ ਕਿਸੇ ਤੋਂ ਕੁਛ ਲਿਆ ਕਿਸੇ ਤੋਂ ਕੁਛ ਲਿਆ ਉਧਰ ਲਿਖੀ ਕਿਸੇ ਤੋਂ ਕੁਛ ਲਿਆ ਕਿਸੇ ਤੋਂ ਲੱਕੜ ਲੈ ਕਿਸੇ ਤੋਂ ਮਤਲਬ ਕਿ ਥੋੜ੍ਹਿਆਂ ਨੇ ਸਾਰਿਆਂ ਨੇ ਸੰਯੋਗ ਦਿੱਤਾ ਅਤੇ ਮਾੜੀ ਚੰਗੀ ਦੁਕਾਨ ਬਣਾਈ ਅਤੇ ਚਲੋ ਟਾਈਮ ਪਾਸ ਕਰੀ ਜਾਂਦੇ ਹਾਂ ਅਤੇ ਥੋੜ੍ਹੇ ਤੋਂ ਥੋੜ੍ਹੇ ਤੋਂ ਵੀ
ਬਰਕਤ ਮਹਾਰਾਜ ਪਾਉਂਦਾ ਹੈ। ਤੇ ਚਲੋ ਜੋ ਦਾ ਹੁਕਮ ਆ, ਜੋ ਦੀ ਰਜ਼ਾ ਮਾਲਕ ਦੀ ਸੱਚੇ ਪਾਤਸ਼ਾਹ ਦੀ, ਉਹਦਾ ਭਾੜਾ ਮਿੱਠਾ ਮੰਨਣਾ ਹੈ। ਇਹ ਕਦੋਂ ਕਿੰਨੇ ਕੁ ਵਜੇ ਦੀ ਗੱਲ ਆ ਵੀਰੇ? ਇਹ ਰਾਤੀ 12:30 ਵਜੇ ਦੀ ਗੱਲ ਆ ਜੀ। ਅੱਛਾ ਜੀ। ਹਾਂਜੀ, ਆਪਾਂ ਨੂੰ ਇਹ ਲਾਗੇ ਚੌਂਕੀਦਾਰ ਆ ਸਕੂਲ ਦਾ, ਉਹਨਾਂ ਨੇ ਸਵੇਰੇ ਸਾਨੂੰ ਦੱਸਿਆ ਵੀ ਰਾਤੀ 12:30 ਵਜੇ ਜਦੋਂ ਮੈਂ ਉੱਠਿਆ ਵਾ, ਕੁੰਡਾ ਖੋਲਿਆ ਵਾ ਅਤੇ ਬਾਹਰ ਨਿਕਲ ਕੇ ਵੇਖਿਆ ਜਦੋਂ ਅੱਗ ਲੱਗੀ ਹੈਗੀ। ਪਹਿਲਾਂ ਸਕੂਲ ਦੀ ਲਾਈਟ ਬੰਦ ਕੀਤੀ ਗਈ ਆ, ਅਤੇ ਵੀ ਜਿਹਦੇ ਨਾਲ ਬਾਹਰਲਾ ਲਾਈਟ ਜਗਦੀ ਸੀ, ਸ਼ੈਡ ਥੱਲੇ ਲਾਈਟ ਲੱਗੀ ਆ ਸਕੂਲ ਦੀ, ਅਤੇ ਉਹ ਲਾਈਟ ਬੰਦ ਕੀਤੀ ਗਈ ਆ ਪਹਿਲਾਂ ਸਕੂਲ ਦੀ, ਅਤੇ ਨਾਲ ਬਲਬ ਬੰਦ ਹੋ ਗਿਆ ਵਾ। ਅਤੇ ਜਦੋਂ ਬਾਹਰ ਆਣ ਕੇ ਉਹਨੇ ਵੇਖਿਆ ਵਾ ਵੀ ਲਾਈਟ ਚਲੇ ਗਈ ਆ, ਅਤੇ ਉਹਨੇ ਬਾਅਦ 'ਚ ਵੇਖਿਆ ਵੀ ਭਾਂਬੜ ਮੱਚਣ ਡਿਆ, ਅੱਗ ਲੱਗ ਗਈ ਆ। ਅਤੇ 12:30 ਵਜੇ ਦੀ ਗੱਲ ਆ ਜਦੋਂ ਉਹਨਾਂ ਨੇ ਸਾਨੂੰ ਦੱਸਿਆ, ਤਲਾਹ ਦਿੱਤੀ ਵੀ ਆਹ ਗੱਲ ਹੋ ਗਈ ਕਦੇ। ਸਵੇਰੇ ਉਹਨਾਂ ਨੇ ਦੱਸਿਆ ਸਾਨੂੰ ਸਕੂਲ ਦੀ ਵੀ ਬੱਤੀ ਬੰਦ ਕਰਤੀ ਵੀ ਉਹ ਕੈਮਰਾ ਜਿਹੜਾ ਵਾ ਨਾ ਚੈੱਕ ਨਾ ਕਰ ਲਈ। ਅਤੇ ਕੀ ਵਿੱਚ ਵੀਰੇ ਸਮਾਨ ਕੀ ਸੀਗਾ, ਅਤੇ ਕਿੰਨੇ ਕੁ ਦਾ ਆਪਣਾ ਮਤਲਬ ਨੁਕਸਾਨ ਹੋਇਆ, ਕਿੰਨੇ ਕੁ ਪੈਸੇ ਦਾ ਨੁਕਸਾਨ ਹੋ ਗਿਆ ਆਪਣੇ? ਆਪਣੇ ਕੋਲ ਪੈਨ ਸੀਗੇ, ਕਾਪੀਆਂ ਕੁਪੀਆਂ ਸੀਗੀਆਂ, ਬੱਚਿਆਂ ਵਾਸਤੇ ਕੁਰਕਰੇ ਵਗੈਰਾ ਸੀਗਾ, ਅਤੇ ਕੋਈ ਭੁਜੀਆ ਵਗੈਰਾ, ਖਾਣ ਪੀਣ ਦਾ ਸਮਾਨ ਸੀਗਾ। ਲਗਭਗ 8-9 ਹਜ਼ਾਰ ਦਾ ਸਮਾਨ ਹੈਗਾ, ਕੋਈ ਬਹੁਤਾ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਇੰਨੇ ਦਾ ਸਮਾਨ। ਮਹੀਨੇ ਰੱਖਦਾ ਸੀ ਕਿਉਂਕਿ ਮੇਰਾ ਰੋਜ਼ਗਾਰ ਹੀ ਉੱਥੋਂ ਚੱਲਦਾ ਵਾ, ਕਿਉਂਕਿ ਉਹ ਆਪਾਂ ਸ਼ਾਮ ਨੂੰ ਜਦੋਂ ਛੁੱਟੀ ਹੁੰਦੀ ਆ ਬੱਚਿਆਂ ਨੂੰ, ਉਹ ਆਪਾਂ ਵੇਚ ਕੇ ਉਹਦੇ 'ਚ ਜਿਹੜੀ ਕਮਾਈ ਹੁੰਦੀ ਆ ਆਪਾਂ ਬੱਚੇ ਘਰ ਦਾ ਸਰਕਲ ਚਲਾਈਦਾ ਹੈਗਾ, ਫਿਰ ਥੋੜ੍ਹੇ ਬਹੁਤੇ ਉਹ ਸਮਾਨ ਲਿਆਉਣ ਲੈ ਆਈਦਾ ਅਤੇ ਫਿਰ ਵੇਚ ਲਈਦਾ, ਸਰਕਲ ਚਲਾਈ ਜਾਈਦਾ ਹੈ। ਉਹ ਸਾਡੇ 1,00,000 ਰੁਪਏ ਮਹੀਨੇ ਰੱਖਦਾ ਵਾ, ਕਿਉਂਕਿ ਉਹਦੇ ਨਾਲ ਆਪਣਾ ਰੋਜ਼ਗਾਰ ਚੱਲਣ ਡਿਆ ਸੀਗਾ। ਸੰਗਤ ਜੀ, ਵੀ ਗਰੀਬ ਦਾ ਜਿਹੜਾ ਹੁੰਦਾ ਨਾ ਰੋਜ਼ਗਾਰ ਹੁੰਦਾ ਵਾ, ਉਹਦਾ ਕੋਈ ਮਹੀਨੇ ਦਾ ਨਹੀਂ ਹੁੰਦਾ ਵੀ ਮਹੀਨੇ ਬਾਅਦ ਉਹਦੇ ਘਰ ਉਹਨੇ ਆਟਾ ਲੈ ਕੇ ਆਉਣਾ ਵਾ, ਜਾਂ ਉਹਨੇ 6 ਮਹੀਨੇ ਘਰ ਆਟਾ ਲੈ ਕੇ ਆਉਣਾ, ਹੈ ਨਾ। ਜਿਵੇਂ ਆਪਣੇ ਜ਼ਿਮੀਦਾਰ ਆ, ਕਿ ਜ਼ਿਮੀਦਾਰ ਭਰਾ 6-6 ਮਹੀਨਿਆਂ ਬਾਅਦ ਉਹਦੀ ਫਸਲ ਆਉਂਦੀ ਆ, ਹਾੜੀ ਸੋਣੀ, ਉਹ ਆਪਣਾ ਜਿਹੜਾ ਹੁੰਦਾ ਵਾ ਇਹ ਫਸਲ ਹੁੰਦਾ ਵਾ, ਉਹ ਹਾੜੀ ਸੋਣੀ ਆਪਣੀ ਸਟੋਰ ਕਰ ਲੈਂਦਾ ਵਾ। ਪਰ ਜਿਹੜਾ ਗਰੀਬ ਹੁੰਦਾ ਨਾ ਵੀਰ ਜੀ, ਜਿਹੜਾ ਗਰੀਬ ਹੁੰਦਾ ਮਜ਼ਦੂਰ ਹੁੰਦਾ, ਉਹਦੀ ਤਾਂ ਉਹਨੇ ਸਵੇਰੇ ਦਿਹਾੜੀ ਕਰਨੀ ਆ, ਅਤੇ ਸ਼ਾਮ ਨੂੰ ਉਸੇ ਦਿਹਾੜੀ ਦਾ ਉਹਨੇ ਵਿਚਾਰੇ ਨੇ ਆਪਦੇ ਘਰ ਚਾਹ, ਮਿੱਠਾ, ਸਬਜ਼ੀ ਭਾਜੀ, ਦੁੱਧ ਆਪਣੇ ਬੱਚਿਆਂ ਲਈ ਲੈ ਕੇ ਆਉਣਾ ਹੁੰਦਾ ਵਾ। ਅਤੇ ਵੀਰੇ ਫਿਰ ਅੱਜ ਕਿੱਦਾਂ? ਫਿਰ ਅੱਜ ਔਖਾ, ਸਵੇਰ ਦੇ ਬੱਚੇ ਨਹੀਂ, ਤੁਹਾਡਾ ਕੋਈ ਰਾਸ਼ਨ ਪਾਣੀ ਨਹੀਂ ਲਿਆਂਦਾ ਗਿਆ, ਸਵੇਰ ਦੇ ਇਸੇ ਟੈਨਸ਼ਨ 'ਚ ਚੁੱਪ ਕਰਕੇ ਬੈਠੇ ਹਾਂ ਵੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ, ਅਤੇ ਨਹੀਂ ਘਰੇ ਤਾਂ ਜਾਇਆ ਨਹੀਂ ਗਿਆ, ਬੜਾ ਔਖਾ ਜੀ। ਸਵੇਰ ਦਾ ਸਾਰੇ ਟੱਬਰ ਨੇ ਰੋਟੀ ਨਹੀਂ ਖਾਧੀ, ਵੀ ਟੈਨਸ਼ਨ ਆ ਸਾਨੂੰ ਵੀ ਸਾਡੀ ਰੋਟੀ ਖੋਈ ਗਈ, ਸਾਡੀ ਕਮਾਈ ਖੋਲੀ ਆ, ਸਾਡਾ ਹਿਸਾਬ ਨਾ, ਸਾਡਾ ਘਰ ਹੀ ਸਾਰਦਾ। ਸਵੇਰ ਦੀ ਨਹੀਂ ਰੋਟੀ ਖਾਧੀ ਨਾ ਬੱਚਿਆਂ ਨੇ ਨਾ ਸੀ, ਟੈਨਸ਼ਨ ਜੀ ਆ ਉਸੇ ਜੀ। ਮੈਂ ਜਿਹੜੀ ਵੀ ਸੰਗਤਾਂ ਵੀਡੀਓ ਵੇਖ ਰਹੀ ਆ ਨਾ ਸੰਗਤ ਜੀ, ਮੈਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜੀ, ਪਿੰਡ ਮਰਹਾਣਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਵੀਰ ਰਹਿੰਦਾ ਵਾ, ਠੀਕ ਹੈ ਜੀ। ਅੱਡੇ ਦੁਪਹਰੇ ਦੀ ਵੀਰ ਦੀ ਦੁਕਾਨ ਸੀਗਾ, ਅਤੇ ਵੇਖ ਲਓ ਵੀ ਨੈਸ਼ਨਲ ਹਾਈਵੇ ਆ, ਅਤੇ ਵਿਚਾਰੇ ਨੇ ਮਾੜਾ ਮੋਟਾ ਵਿਚਾਰੇ ਨੇ ਆਪਣਾ ਝੌਂਪੜੀ ਪਾ ਕੇ ਇਹਦੇ ਵਿੱਚ ਬੱਚਿਆਂ ਦੇ ਵਾਸਤੇ ਟੋਫੀਆਂ, ਬਿਸਕੁਟ, ਕਾਪੀਆਂ, ਪੈਸਲਾਂ ਰੱਖੀਆਂ ਸੀਗੀਆਂ, ਕਿਉਂਕਿ ਲਾਗੇ ਸਕੂਲ ਵਾ। ਜਦੋਂ ਅੱਧੀ ਛੁੱਟੀ ਹੁੰਦੀ ਸੀ ਕਿ ਬੱਚੇ ਆਣ ਕੇ ਸਮਾਨ ਲੈ ਕੇ ਜਾਂਦੇ ਸੀਗੇ, ਕੋਈ ਟੋਫੀਆਂ ਲੈ ਜਾਂਦਾ ਸੀ, ਕੋਈ ਬਿਸਕੁਟ ਲੈ ਕੇ ਜਾਂਦਾ ਸੀਗਾ, ਅਤੇ ਵੀਰ ਬਹੁਤਾ ਸ਼ਾਹੂਕਾਰ ਨਹੀਂ ਸੀ ਵੀ ਇਹਨੇ ਵੱਡੇ ਵੱਡੇ ਗੋਦਾਮ ਪਾਏ ਆਪਣੇ। ਇੱਕ ਨਿੱਕੀ ਜਿਹੀ ਝੌਂਪੜੀ ਸੀਗੀ, ਇਹ ਵੀ ਇਹਨਾਂ ਨੇ ਪਾਪੀ ਲੋਕਾਂ ਨੂੰ ਇਹ ਵੀ ਚੁੱਭਦੀ ਸੀਗੀ, ਅਤੇ ਅੱਜ ਉਹ ਵੀ ਸੜ ਕੇ ਸਵਾਹ ਕਰ ਦਿੱਤੀ ਆ। ਅਤੇ ਵੇਖੋ ਵਿਚਾਰਾ ਸਵੇਰ ਦਾ ਵਿਚਾਰਾ ਇਹ ਦੁਕਾਨ ਵੱਲ ਵੇਖ ਕੇ, ਸਾਰਾ ਟੱਬਰ ਦੁਕਾਨ ਵੱਲ ਵੇਖ ਕੇ, ਅਤੇ ਸੰਗਤ ਜੀ ਰੋਈ ਜਾ ਰਿਹਾ ਵਾ। ਸੋ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਾਂਗਾ, ਕਈ ਵਾਰ ਤੇਰਾ ਅੰਕਲ ਨਾ ਇੱਥੇ ਸੌਂ ਜਾਂਦਾ ਹੁੰਦਾ, ਗੋਡਾ ਦੁਖਦਾ, ਜਾਇਆ ਨਹੀਂ ਜਾਂਦਾ ਪਿੰਡ,
ਤੇ ਕਈ ਵਾਰ ਮੈਂ ਇਹ ਸੋਚਦੀ ਆ ਵੀ ਜੇ ਸੁੱਤਾ ਹੁੰਦਾ ਤੇ ਇੱਕ ਹਿਸਾਬ ਨਾਲ ਵਿੱਚੇ ਲੂਹ ਦੇਣਾ ਸੀ ਉਹਨੇ, ਕਿੱਡਾ ਵੱਡਾ ਕਿਤੇ ਬੰਦਾ ਲੱਭਣਾ। ਤੇ ਮੈਂ ਸੰਗਤ ਜੀ ਮੈਂ ਬੇਨਤੀ ਕਰਦਾ ਵਾਂ ਕਿ ਅੱਗੇ ਤੁਸੀਂ ਮੈਨੂੰ ਕਈ ਵਾਰ ਕਹਿ ਦਿੰਦੇ ਕਿ ਯਾਰ ਤੂੰ ਪੰਜਾਬੀਆਂ ਦੀ ਬਾਂਹ ਨਹੀਂ ਫੜਦਾ, ਪੰਜਾਬੀਆਂ ਦੀ ਮਦਦ ਨਹੀਂ ਕਰਦਾ। ਅੱਜ ਮੈਂ ਇੱਕ ਪੰਜਾਬੀ ਵੀਰ ਦਾ, ਆਪਣੇ ਪਿੰਡ ਦਾ ਹੀ ਮੇਰਾ ਭਰਾ ਵਾ, ਗੁਰਸਿੱਖ ਵੀਰ ਵਾ, ਗੁਰਸਿੱਖ ਇਕੱਲਾ ਵੀਰ ਨਹੀਂ, ਗੁਰਸਿੱਖ ਸਾਰਾ ਪਰਿਵਾਰ ਹੀ ਗੁਰਸਿੱਖ ਆ, ਠੀਕ ਹੈ ਜੀ। ਜਿਹੜੇ ਬਜ਼ੁਰਗ ਆ ਇਹ ਸਾਡੇ ਪਿੰਡ ਜਦੋਂ ਨਗਰ ਕੀਰਤਨ ਹੁੰਦਾ ਵਾ, ਜਦੋਂ ਪ੍ਰਭਾਤ ਫੇਰੀ ਆਉਂਦੇ ਆ ਵਾ, ਉਹਨਾਂ ਦੇ ਵਿੱਚ ਇਹ ਜਿਹੜੀ ਹੁੰਦੀ ਆ ਚਮਟੇ ਦੀ ਸੇਵਾ ਕਰਦਾ, ਚਮਟਾ ਵਜਾਉਣ ਦੀ ਸੇਵਾ ਕਰਦਾ ਨਗਰ ਘਰ ਦੇ ਨਗਰ ਕੀਰਤਨ ਦੇ ਵਿੱਚ, ਸ਼ਬਦ ਕੀਰਤਨ ਜਥੇ ਦੇ ਵਿੱਚ ਚਮਟੇ ਦੀ ਸਿੰਘ ਸੇਵਾ ਕਰਦਾ ਵਾ। ਅਤੇ ਸੋ ਸਾਰੀ ਸੰਗਤ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆਪਾਂ ਰੱਜਿਆਂ ਨੂੰ ਰਜਾਉਣ ਡੇ ਹਾਂ, ਪੀਜ਼ਿਆਂ ਦੇ ਲੰਗਰ ਲਾਉਣ ਡੇ ਹਾਂ, ਪੀਜ਼ਿਆਂ ਦੇ ਲੰਗਰ ਲਾਓ, ਜੰਮ ਜੰਮ ਕੇ ਲਾਓ, ਪਰ ਪੀਜ਼ਿਆਂ ਦੇ ਲੰਗਰ ਉਦੋਂ ਲਾਇਓ ਜਦੋਂ ਆਪਣੇ ਜਿਹੜੇ ਗੁਰਸਿੱਖ ਵੀਰ ਵਾ ਘਰ ਸੁੱਖ ਦੀ ਰੋਟੀ ਖਾਂਦੇ ਆ, ਸੁੱਖ ਦੀ ਨੀਂਦ ਲੈਂਦੇ ਆ, ਉਦੋਂ ਆਪਾਂ ਪੀਜ਼ਿਆਂ ਦੇ ਲੰਗਰ ਲਾਵਾਂਗੇ। ਉਦੋਂ ਆਪਾਂ ਆਪਣੇ ਜਿਹੜੇ ਦੂਜੇ ਆ ਪਰਦੇਸੀ ਵੀਰ ਆ ਜਿਹੜੇ ਹੁੰਦੇ ਆ ਦੂਜੀਆਂ ਸਟੇਟਾਂ ਵਾਲੇ ਵੀਰ ਆ, ਉਹਨਾਂ ਦੀ ਆਪਾਂ ਮਦਦ ਕਰਾਂਗੇ। ਪਰ ਜਦੋਂ ਘਰ ਅੱਗ ਲੱਗੀ ਹੋਵੇ ਨਾ ਅਤੇ ਆਪਾਂ ਗਵਾਂਢੀ ਦੇ ਘਰ ਜਾ ਕੇ ਅੱਗ ਬੁਝਾਈਏ ਤਾਂ ਉਹ ਬਹੁਤ ਸਿਆਣਪ ਨਹੀਂ ਹੁੰਦੀ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਿਹੜੀਆਂ ਵੀ ਮੇਰੇ ਭੈਣਾਂ ਜਾਂ ਵੀਰ ਜਿਹਨਾਂ ਨੂੰ ਰੱਬ ਨੇ ਰਿਜ਼ਕ ਦਿੱਤਾ ਵਾ, ਉਹਨਾਂ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਅੱਜ ਸੰਗਤ ਜੀ ਵੀ ਇਹਦੀ ਵਿਚਾਰੇ ਦੀ ਜਿਹੜੀ ਕੱਖਾਂ ਦੀ ਕੁੱਲੀ ਆ ਉਹ ਪਾਪੀ ਬੰਦੇ ਨੇ ਸਾੜ ਕੇ ਸਵਾਹ ਕਰ ਦਿੱਤੀ ਆ। ਪਰ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਗੱਲ ਸੰਗਤ ਜੀ ਤਾਦ ਬਾਨੀ ਹੈ ਕਿ ਜੇਕਰ ਤੁਸੀਂ ਇੱਥੇ ਉਸ ਤੋਂ ਵੀ ਵਧੀਆ ਵੀਰ ਦੀ ਜਿਹੜੀ ਇੱਥੇ ਦੁਕਾਨ ਵਾ, ਇਹਦੇ ਵੀਰ ਦੀ ਜਿਹੜੀ ਹੱਟੀ ਆ ਸੱਚ ਦੀ ਹੱਟੀ ਆ, ਅਤੇ ਉਹ ਤੁਸੀਂ ਇਹਦੀ ਦੁਬਾਰਾ ਫਿਰ ਇਹਨੂੰ ਬਣਾ ਕੇ ਦਿਓ, ਕਿਉਂਕਿ ਵੀਰ ਹੁਣ ਟੁੱਟ ਚੁੱਕਾ ਵਾ। ਵੀਰ ਦਾ ਦੱਸਣਾ ਵਾ ਕਿ ਅੱਜ ਵੀਰ ਅਸੀਂ ਪਰਿਵਾਰ ਦੇ ਵਿੱਚ ਕੋਈ ਰੋਟੀ ਪਾਣੀ ਨਹੀਂ ਖਾਧਾ, ਅੱਗੇ ਰੋਜ਼ ਕਦੀ 200 ਕਦੀ 300 ਰੁਪਇਆ ਘਰ ਖੜਦਾ ਸੀਗਾ, ਅੱਜ ਵੀਰ ਅੱਜ ਖਾਲੀ ਹੱਥ ਜਾਏਗਾ ਨਾ, ਖਤਮ ਹੋ ਗਿਆ ਜੀ, ਕੁਛ ਨਹੀਂ ਕਰਨਾ। ਅੱਗੇ ਦੁਪਹਿਰੇ ਆਸ ਹੁੰਦੀ ਵੀ ਬੱਚਿਆਂ ਨੇ ਅੱਧੀ ਛੁੱਟੀ ਵੇਲੇ ਆਉਣਾ ਵਾ, ਅਤੇ ਚਲੋ 200-400 ਵੱਟ ਲਾਂਗੇ ਅਤੇ ਬੱਚਿਆਂ ਵਾਸਤੇ ਕੋਈ ਖਾਣ ਪੀਣ ਲਈ ਲੈ ਜਾਂਗੇ, ਕੋਈ ਦਾਲ ਖੜਾਂਗੇ, ਕੋਈ ਆਟਾ ਖੜਾਂਗੇ, ਕੋਈ ਚਾਹ ਪਾਣੀ ਦਾ ਸੌਦਾ ਖੜਾਂਗੇ। ਅਤੇ ਪਰ ਅੱਜ ਕੋਈ ਆਸ ਨਹੀਂ ਕਿਉਂਕਿ ਰਾਤ ਦੀ ਅੱਗ ਲੱਗੀ ਆ, ਅਤੇ ਕੋਈ ਆਸ ਨਹੀਂ ਵੀ ਆਪਾਂ ਨੂੰ ਕੋਈ ਬੱਚਿਆਂ ਦੀ, ਕੋਈ ਸਾਰੇ ਬੱਚੇ ਵੀ ਆਣ ਕੇ ਵੇਂਦੇ ਵੀ ਵੀਰ ਜੀ ਕੀ ਹੋਇਆ, ਅਤੇ ਬੱਚਿਆਂ ਨੂੰ ਆਪਾਂ ਕੀ ਜਵਾਬ ਦੇਣਾ ਵਾ। ਇਹ ਬੱਚੇ ਵੀ ਨਾਰਾਜ਼ ਮੁੜੇ ਹੋਣੇ ਹੈ ਨਾ, ਬਹੁਤ ਜ਼ਿਆਦਾ। ਮਾਤਾ ਇੱਧਰ ਆ ਜਾਓ, ਇੱਧਰ ਅਗਲੇ ਬੰਨੇ ਇੱਥੇ ਲੱਗ ਗਿਆ ਮੇਰੇ। ਕੀ ਕਹਿੰਦੇ ਪਏ ਤੁਸੀਂ? ਮੈਂ ਬੱਚੇ ਸਕੂਲ ਵਾਲੇ ਵੀ ਸਵੇਰੇ ਆਣ ਕੇ ਰੋਂਦੇ ਵੀ ਬੱਚੇ ਖੜਦੇ ਰਹੇ ਇਹਨਾਂ ਤੋਂ, ਪਿੰਨ ਕਾਪੀਆਂ ਜਾਂ ਖਾਣ ਵਾਲੀ ਚੀਜ਼। ਬੱਚੇ ਸਕੂਲ ਵਾਲੇ ਵੀ ਬਹੁਤ ਰੋਏ ਆਣ ਕੇ ਵੇਖ ਕੇ ਦੁਕਾਨ, ਵੀ ਇਹੋ ਦੁਕਾਨ ਚੱਲ ਲੱਗ ਗਏ ਸੀ ਅਤੇ ਇੱਥੋਂ ਖਾਂਦੇ ਸੀਗੇ ਖਾਣ ਨੂੰ ਆਣ ਕੇ, ਅਤੇ ਉਹ ਵਿਚਾਰੇ ਆਪਦੇ ਪੈਸਿਆਂ ਦਾ ਖੜਦੇ, ਉਹਦੇ 'ਚ ਸਾਡਾ ਗੁਜ਼ਾਰਾ ਹੋ ਜਾਂਦਾ ਸੀਗੇ ਮਾੜਾ ਮਾੜਾ। ਅੱਜ ਫਿਰ ਮਾਤਾ ਫਿਰ ਅੱਜ ਖਾਲੀ ਹੱਥ ਜਾਣਾ ਤੂੰ? ਕੀ ਕਰਕੇ ਹੁਣ ਖਾਲੀ ਹੱਥ ਹੀ ਜਾਣਾ ਜਦੋਂ ਹੁਣ ਕੋਈ ਨਹੀਂ, ਆਸ ਹੀ ਨਹੀਂ ਹੋਈ, ਜਦੋਂ ਦੁਕਾਨ ਹੀ ਢਾਹ ਦਿੱਤੀ, ਕੋਈ ਗਾਹਕ ਹੀ ਨਹੀਂ ਆਇਆ ਤਾਂ ਕੀ ਕਰਨਾ ਫਿਰ? ਅੱਜ ਭੁੱਖੇ ਧਿਆਏ ਬੈਠੇ ਆ, ਕੁਛ ਨਹੀਂ, ਅੱਜ 300-400 ਵੀ ਨਹੀਂ ਸਾਡੇ ਘਰੇ ਗਿਆ। ਆਟਾ ਹੈਗਾ ਘਰੇ? ਨਹੀਂ ਆਟਾ, ਝੂਠ ਨਾ ਮਾਰਿਓ, ਨਹੀਂ ਲਿਆਈਦਾ। ਅੱਜ ਹੈਗਾ ਆਟਾ ਘਰੇ? ਹਾਂ ਥੋੜਾ ਜਿਹਾ ਹੈਗਾ ਅੱਜ ਦੇ ਦੁੱਖ। ਚਲੋ ਮਾਤਾ ਜੀ ਕੋਈ ਗੱਲ ਨਹੀਂ, ਮੈਂ ਵੀ ਥੋੜ੍ਹੀ ਜਿਹੀ ਮੈਂ ਸੇਵਾ ਦੇ ਕੇ ਜਾਊਂਗਾ, ਹੈ ਨਾ, ਕਿਉਂਕਿ ਬੱਚੇ ਤੇਰੇ ਬੱਚੇ ਨਹੀਂ, ਮੇਰੇ ਵੀ ਕੁਝ ਲੱਗਦੇ ਆ, ਹੈ ਨਾ। ਅਤੇ ਸੰਗਤ ਜੀ ਆ ਵੇਖੋ ਨਿੱਕੇ ਨਿੱਕੇ ਬੱਚੇ ਆ ਵੀਰ ਦੇ, ਬਜ਼ੁਰਗ ਹਾਂਜੀ, ਸੰਗਤ ਜੀ ਇਹਨਾਂ ਦਾ ਬਜ਼ੁਰਗ ਦਾਦਾ ਵਾ ਦਾਦੀ ਆ, ਇਹ ਵਿਚਾਰਾ ਇਹ ਵੀ ਹੁਣ ਦਿਹਾੜੀ ਨਹੀਂ ਜਾ ਸਕਦਾ, ਠੀਕ ਹੈ ਜੀ, ਕਈ ਨਹੀਂ ਵਾਹ ਸਕਦਾ। ਇਹ ਆਪਣੇ ਪੋਤੇ ਨਾਲ ਇੱਥੇ ਕਿਰਤ ਕਰਦਾ ਸੀਗਾ, ਅਤੇ ਪੋਤੇ ਦਾ ਵਿਚਾਰਾ ਕੋਈ ਠੱਗੀ ਨਹੀਂ ਸੀ, ਕਿਸੇ ਨਾਲ ਮਾਰਦਾ, ਕੋਈ ਚੋਰੀ ਨਹੀਂ ਕਰਦਾ। ਸਭ ਤੋਂ ਵੱਡੀ ਉਹਦੀ ਗੱਲ ਸੀਗਾ ਕਿ ਨਸ਼ੇ ਦੀ ਕੋਈ ਇਹਨੇ ਰੁਪਈਏ ਦੀ ਚੀਜ਼ ਤੱਕ ਨਹੀਂ ਰੱਖੀ। ਅੱਜ ਕੱਲ੍ਹ ਤੁਹਾਨੂੰ ਪਤਾ ਦੁਕਾਨਾਂ ਵਾਲੇ ਕੋਈ ਸਿਗਰਟਾਂ ਰੱਖ ਲੈਂਦਾ ਵਾ, ਕੋਈ ਬੀੜੀਆਂ ਰੱਖ ਲੈਂਦਾ, ਕੋਈ ਤੰਬਾਕੂ ਰੱਖ ਲੈਂਦਾ ਵਾ,
ਵੀ ਚਲੋ ਵੀ ਮੈਂ ਆਪਦਾ ਮਤਲਬ ਕਿ ਮੈਨੂੰ ਪੈਸੇ ਆਉਣਗੇ। ਤੁਹਾਨੂੰ ਪਤਾ ਵੀ ਇਹੋ ਜਿਹੇ ਕੰਮਾਂ ਦੇ ਜਿਹੜੇ ਮਾੜੇ ਕੰਮ ਹੁੰਦਾ ਉਹਦੇ ਵਾਸਤੇ ਪੈਸਾ ਵੀ ਛੇਤੀ ਆਉਣ ਲੱਗ ਪੈਂਦਾ ਵਾ। ਤੁਸੀਂ ਕਿਰਤ ਕਰੋ, ਤੁਹਾਨੂੰ 200-300 ਦਿਹਾੜੀ ਦਾ ਮਿਲੂਗਾ। ਪਰ ਜੇ ਤੁਸੀਂ ਸ਼ਰਾਬ ਕੱਢ ਕੇ ਵੇਚੋ, ਠੀਕ ਹੈ ਜੀ, ਇਹੋ ਜਿਹੇ ਨਸ਼ੀਲੇ ਪਦਾਰਥ ਵੇਚੋ, ਤਾਂ ਦਿਨਾਂ 'ਚ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ, ਠੀਕ ਹੈ ਜੀ। ਪਰ ਇਹ ਵੀਰ ਨੇ ਇਹ ਕਿਹਾ ਸੀਗਾ ਕਿ ਮੈਂ ਗੁਰਸਿੱਖ ਬੱਚਾ ਵਾਂ, ਠੀਕ ਹੈ, ਮੇਰਾ ਪਰਿਵਾਰ ਸਾਰਾ ਗੁਰਸਿੱਖ ਵਾ, ਅਤੇ ਮੈਂ ਗੁਰੂ ਨੂੰ ਕੀ ਮੂੰਹ ਵਿਖਾਊਂਗਾ ਕਿ ਜੇ ਮੈਂ ਇੱਥੇ ਸਿਗਰਟਾਂ ਬੀੜੀਆਂ ਤੰਬਾਕੂ ਵੇਚਿਆ। ਸੋ ਇਹੋ ਜਿਹੀ ਕੋਈ ਨਸ਼ੀਲੀ ਚੀਜ਼ ਨਹੀਂ ਸੀ ਮੇਰਾ ਭਰਾ ਵੇਚਦਾ, ਕਿਉਂਕਿ ਆਪਾਂ ਗੁਰਸਿੱਖ ਬੰਦੇ ਹਾਂ, ਸਾਰੀ ਫੈਮਿਲੀ ਪਰਿਵਾਰ ਗੁਰਸਿੱਖ ਬੰਦੇ ਹੈ, ਅਤੇ ਜੇ ਅਸੀਂ ਨਹੀਂ ਖਾਂਦੇ ਪੀਂਦੇ, ਕੁਛ ਵੀ ਨਹੀਂ ਖਾਂਦੇ, ਸੇਵਨ ਨਹੀਂ ਕਰਦੇ, ਤਾਂ ਆਪਾਂ ਕਿਸੇ ਨੂੰ ਵੀ ਨਹੀਂ ਖਵਾ ਸਕਦੇ, ਕਿਉਂਕਿ ਆਪਣੀ ਜ਼ਮੀਰ ਪੈੜੀਆਂ ਲਿਆਣ ਕੇ ਅਤੇ ਉਹ ਬੱਚਿਆਂ ਨੂੰ ਦੇਣੀਆਂ, ਅਤੇ ਵਿਆਹ 'ਚ ਇੰਨੀ ਖੁਸ਼ੀ ਹੋ ਜਾਂਦੀ ਬੱਚਿਆਂ ਨੂੰ, ਅਤੇ ਸਾਰੇ ਸਕੂਲ ਦੇ ਬੱਚੇ ਪੈੜੀਆਂ ਪੂੜੀਆਂ ਖਾਂਦੇ ਅਤੇ ਬਾਅਦ ਵਿਚਾਰੇ ਖੁਸ਼ ਹੁੰਦੇ, ਅਤੇ ਚਲੋ ਚਾਰ ਪੈਸੇ ਸਾਡੇ ਬਣ ਜਾਂਦੇ, ਅਤੇ ਚਲੋ ਉਹਦੀ ਰਜ਼ਾ ਮਾਲਕ ਦੀ, ਜੋ ਉਹਦਾ ਹੁਕਮ ਆ, ਗੁਰੂ ਮਹਾਰਾਜਾ ਭਲਾ ਕਰੂ ਸੱਚੇ ਪਾਤਸ਼ਾਹ, ਉਹਨੇ ਦੇਣਾ, ਮਾਲਕ ਨੇ ਦੇਣਾ ਸੱਚੇ ਪਾਤਸ਼ਾਹ। ਬਾਕੀ ਮੈਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਵੀਰੋ, ਇਸ ਵੀਰ ਦਾ ਆਪਾਂ ਰੋਜ਼ਗਾਰ ਦੁਬਾਰਾ ਚਲਾ ਕੇ ਦੇਣਾ ਵਾ, ਜੇ ਪਹਿਲਾਂ ਨਾਲੋਂ ਵੀ ਵਧੀਆ ਰੁਜ਼ਗਾਰ ਚਲਾ ਕੇ ਦੇਣਾ, ਕਿਉਂਕਿ ਮੈਨੂੰ ਪਤਾ ਵਾ ਕਿ ਜਿਹੜੇ ਆਪਣੇ ਭੈਣ ਭਰਾ ਬਾਹਰ ਬੈਠੇ ਆ ਜਾਂ ਇੱਥੇ ਪੰਜਾਬ ਦੇ ਵਿੱਚ ਆ, ਜਿਹਨਾਂ ਨੂੰ ਰੱਬ ਨੇ ਰਿਜ਼ਕ ਦਿੱਤਾ ਵਾ, ਉਹ ਵੀਰ ਕਦੀ ਵੀ ਇਹੋ ਜਿਹੇ ਕੰਮ ਦੇ ਵਿੱਚ ਪਿੱਛੇ ਨਹੀਂ ਹਟਦੇ, ਜਿੱਥੇ ਵੀ ਆਪਣੇ ਭਰਾ ਦੀ ਬਾਂਹ ਫੜਨ ਦੀ ਲੋੜ ਹੋਵੇ। ਅੱਜ ਆਪਾਂ ਨੂੰ ਆਪਣੇ ਇਸ ਗੁਰਸਿੱਖ ਭਰਾ ਦੀ ਬਾਂਹ ਫੜਨ ਦੀ ਲੋੜ ਵਾ। ਜੇ ਸੰਗਤ ਜੀ ਆਪਾਂ ਅੱਜ ਇਸ ਵੀਰ ਦੀ ਬਾਂਹ ਨਹੀਂ ਨਾ ਫੜਾਂਗੇ, ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਵੀਰ ਦਾ ਮਨ, ਇਸ ਵੀਰ ਦਾ ਦਿਲ ਕਿਰਤ ਕਰਨ ਨਾਲੋਂ ਟੁੱਟ ਜੂਗਾ, ਅਤੇ ਇਹ ਵੀਰ ਪੱਕਾ ਮੈਂ ਦਾਅਵੇ ਨਾਲ ਕਹਿੰਦਾ ਵਾਂ ਕਿ ਕੱਲ੍ਹ ਨੂੰ ਕੋਈ ਇਹੋ ਜਿਹਾ ਕੰਮ ਕਰਨ ਲੱਗ ਪਊਗਾ ਜਿਹਦੇ ਨਾਲ ਆਪਾਂ ਨੂੰ ਸ਼ਰਮਸਾਰ ਹੋਣਾ ਪਵੇ, ਕੋਈ ਨਸ਼ੀਲੀਆਂ ਚੀਜ਼ਾਂ, ਕਿਉਂਕਿ ਜਦੋਂ ਬੰਦੇ ਦਾ ਦਿਲ ਟੁੱਟਦਾ ਹੋਣਾ ਵੀ ਯਾਰ, ਉਹਨੂੰ ਇਹ ਹੁੰਦਾ ਕਿ ਯਾਰ ਮੈਂ ਮਿਹਨਤ ਕੀਤੀ ਆ, ਮੇਰੀ ਮਿਹਨਤ ਦਾ ਮੈਨੂੰ ਮੁੱਲ ਨਹੀਂ ਮਿਲਿਆ, ਹੈ ਨਾ। ਕਈ ਯਾਰ ਬੰਦਾ ਉਹ ਜਾਣੇ ਅਣਜਾਣੇ 'ਚ ਇਹੋ ਜਿਹੇ ਕੰਮ ਕਰਨ ਲੱਗ ਪੈਂਦਾ ਵਾ ਜਿਹਦੇ ਵਿੱਚ ਬਾਅਦ ਵਿੱਚ ਉਹਨੂੰ ਪਿੱਛੇ ਮੁੜਿਆ ਨਹੀਂ ਜਾਂਦਾ ਉਹਦੇ ਕੋਲੋਂ। ਸੋ ਮੈਂ ਨਹੀਂ ਚਾਹੁੰਦਾ ਕਿ ਮੇਰਾ ਭਰਾ ਕੋਈ ਗਲਤ ਕੰਮ ਪੁੱਟੇ, ਕੋਈ ਗਲਤ ਸਟੈਪ ਪੁੱਟੇ, ਕੋਈ ਵੀਰ ਇਹੋ ਜਿਹੀ ਕੋਈ ਕੰਮ ਨਹੀਂ ਕਰਨਾ ਮੇਰਾ ਵੀ, ਤੂੰ ਹੈ ਨਾ ਤੇਰੇ ਬੱਚੇ ਆ, ਕਈ ਵਾਰੀ ਆਪਾਂ ਗੁੱਸੇ ਜਾਣ ਕੇ ਕੋਈ 100 ਵਾਅਦ ਘਾਟ ਕਰ ਜਾਂਦੇ, ਹੈ ਨਾ। ਇੱਕ ਵਾਰੀ ਸੰਗਤ ਦੇ ਅੱਗੇ ਤੇਰੀ ਬੇਨਤੀ ਕੀਤੀ ਆ, ਸੰਗਤ ਦੇ ਅੱਗੇ ਇੱਕ ਵਾਰੀ ਆਸ ਰੱਖੀ, ਇੱਕ ਵਾਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵਿੱਚ ਉੱਤੇ ਆਸ ਰੱਖ ਕੇ ਵੇਖੀ, ਹੈ ਨਾ, ਵਿਸ਼ਵਾਸ ਰੱਖ ਕੇ ਵੇਖੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੈਨੂੰ ਮਤਲਬ ਕਿ ਡੁੱਬਦੇ ਨੂੰ ਤੇਰੀ ਬਾਂਹ ਜ਼ਰੂਰ ਫੜੂਗਾ, ਠੀਕ ਹੈ। ਵੱਧ ਤੋਂ ਵਧੀਆ ਵਧੀਆ ਤੋਂ ਵਧੀਆ ਤੇਰੀ ਵੀਰੇ ਝੌਂਪੜੀ ਪਊਗੀ, ਮੈਂ ਤੈਨੂੰ ਵਾਅਦਾ ਕਰਦਾ ਵਾਂ, ਹੈ ਨਾ, ਤੇਰੀ ਝੌਂਪੜੀ ਇੱਥੇ ਆਪ ਆਪਾਂ ਪਾ ਕੇ ਦੇਵਾਂਗੇ, ਠੀਕ ਹੈ ਜੀ। ਇੱਥੇ ਬਾਪੂ ਜੀ ਆਪਾਂ ਇੱਥੇ ਸ਼ੈੱਡ ਬਣਾ ਕੇ ਦੇਵਾਂਗੇ, ਠੀਕ ਹੈ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਦੋਸਤੋ, ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੇ ਕਿ ਅਜਿਹੀ ਘਟੀਆ ਕਰਤੂਤ ਕੀਤੀ ਅਤੇ ਇਸ ਗਰੀਬ ਦੀ ਦੁਕਾਨ ਨੂੰ, ਇਸ ਦੀ ਝੋਪੜੀ ਨੂੰ ਅੱਗ ਲਗਾ ਦਿੱਤੀ ਹੈ?
ਸੋ ਕੀ ਕਹਿਣਾ ਤੁਹਾਡਾ ਇਸ ਮਸਲੇ ਬਾਰੇ ਜ਼ਰੂਰ ਕਮੈਂਟ ਕਰਨਾ। ਉੱਥੇ ਹੀ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਵਾਲੇ ਵੀਰਾਂ ਦਾ ਇੱਕ ਲਾਇਕਤਾ ਬਣਦਾ ਜਿਨ੍ਹਾਂ ਨੇ ਕਿ ਇਸ ਮਸਲੇ ਤੇ ਇਸ ਪਰਿਵਾਰ ਦੇ ਨਾਲ ਖੜ ਕੇ ਇਹਨਾਂ ਦੀ ਮਦਦ ਦੀ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਆ ਉੱਥੇ ਆਪ ਵੀ ਨਾਲ ਖੜੇ ਨੇ। ਇਸ ਮਾਮਲੇ ਬਾਰੇ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ, ਧੰਨਵਾਦ।